ਬਠਿੰਡਾ ਵਿੱਚ ਅੱਜ ਪੁਲਿਸ ਵੱਲੋਂ 117 ਬੋਰੀਆਂ ਭੁੱਕੀ ਦੀਆਂ ਬਰਾਮਦ ਕੀਤੀਆਂ ਗਈਆਂ ਨੇ। ਬਠਿੰਡਾ ਪੁਲਿਸ ਦੀ ਖੁਫੀਆ ਵਿੰਗ ਵੱਲੋਂ ਡੱਬ ਵਾਲੀ ਸੜਕ ਤੇ ਰਾਜਸਥਾਨ ਤੋਂ ਪੋਸਟ ਲੈ ਕੇ ਆ ਰਹੇ ਟਰੱਕ ਦੀ ਤਲਾਸ਼ੀ ਲੈਣ ਤੇ ਉਸ ਵਿੱਚੋਂ ਨਸ਼ੇ ਦੀ ਇੱਕ ਖੇਪ ਬਰਾਮਦ ਕੀਤੀ ਗਈ ਹੈ। ਇਹ ਬੋਰੀਆਂ ਚਾਕ ਮਿੱਟੀ ਹੇਠ ਛੁਪਾ ਕੇ ਰੱਖੀਆਂ ਗਈਆਂ ਸਨ। ਪੁਲਿਸ ਨੇ ਦੋ ਤਸਕਰਾਂ ਨੂੰ ਕਾਬੂ ਕੀਤਾ। ਪੁਲਿਸ ਮੁਤਾਬਕ ਇਹਨਾਂ ਤਸਕਰਾਂ ਖਿਲਾਫ ਕਈ ਥਾਣਿਆਂ ਵਿੱਚ ਮੁਕੱਦਮੇ ਵੀ ਦਰਜ ਨੇ। ਇਸ ਤਰ੍ਹਾਂ ਬਠਿੰਡਾ ਵਿਖੇ ਤੈਨਾਤ ਖੁਫੀਆ ਵਿੰਗ ਨੇ ਸਾਲ 2013 ਵਿੱਚ ਹੁਣ ਤੱਕ ਕਰੀਬ 22 ਕਿਲੋ ਹੈਰਨ ਅਤੇ 12,465 ਕਿਲੋ ਭੁੱਕੀ, 7 ਕਿਲੋ ਅਫੀਮ ਅਤੇ ਅਸਲਾ ਵੀ ਬਰਾਮਦ ਕੀਤਾ। ਇੱਕ ਕਾਊਂਟਰ ਇੰਟੈਲੀਜੈਂਸ ਨੇ ਇੱਕ ਸਪੈਸ਼ਲ ਓਪਰੇਸ਼ਨ ਦੇ ਤਹਿਤ ਇੱਕ ਬਹੁਤ ਵੱਡੀ ਪੋਪੀਐਸਕ ਦੀ ਕੰਸਾਈਨਮੈਂਟ ਰਿਕਵਰ ਕੀਤੀ ਹੈ। ਇਹਦੇ ਬੜੇ ਇੰਟਰਸਟਿਡ ਰੈਮੀਫਿਕੇਸ਼ਨਸ ਹੈ ਅਤੇ ਇਹਦਾ ਜੋ ਕੰਪਲੀਟ ਨੈਕਸਸ ਹੈ ਉਹਨੂੰ ਬ੍ਰੇਕ ਕੀਤਾ ਜਾ ਰਿਹਾ। ਟੋਟਲ 3.2 ਟਨ ਪੋਪੀਐਸਕ ਰਿਕਵਰ ਕੀਤੀ ਹੈ ਜੋ ਕਿ 117 ਬੈਗਸ ਵਿੱਚ ਪੈਕਡ ਸੀਗੀ ਅਤੇ ਦੋ ਇੰਟਰਸਟੇਟ ਸਮਗਲਰਸ ਨੂੰ ਕਾਬੂ ਕੀਤਾ ਅਤੇ ਜੋ ਤੀਜਾ ਇਹਨਾਂ ਦਾ ਫਾਈਨੈਂਸਰ ਹੈ ਜਿਹਦੀ ਸ਼ਨਾਖਤ ਲਖਵਿੰਦਰ ਐਲੀਅਸ ਹੈਪੀ ਵਜੋਂ ਹੋਈ ਹੈ ਉਹਦੀ ਭਾਲ ਜਾ ਰਹੀ ਹੈ ਅਤੇ ਇਹਨਾਂ ਬੰਦਿਆਂ ਦੇ ਖਿਲਾਫ਼ ਪਹਿਲਾਂ ਤੋਂ ਹੀ ਕਈ ਮੁਕੱਦਮੇ ਪੋਪੀਐਸਕ ਦੀ ਸਮਗਲਿੰਗ ਦੇ ਦਰਜ ਹੈ ਅਤੇ ਇਹਨਾਂ ਵਿੱਚੋਂ ਇੱਕ ਬੰਦਾ ਪਿਛਲੇ 6 ਸਾਲਾਂ ਤੋਂ ਪੋਪੀਐਸਕ ਦੇ ਕੇਸ ਵਿੱਚ ਹੀ ਭਗੋੜਾ ਉਹਦੇ ਖਿਲਾਫ਼ 2007 ਵਿੱਚ ਵੀ ਮੁਕੱਦਮਾ ਦਰਜ ਸੀਗਾ ਅਤੇ 2008 ਵਿੱਚ ਵੀ ਮੁਕੱਦਮਾ ਦਰਜ ਹੈ ਅਤੇ ਇਹਨਾਂ ਦਾ ਜੋ ਜਿੰਨੇ ਵੀ ਫੋਰਵਰਡ ਅਤੇ ਬੈਕਵਰਡ ਲਿੰਕੇਜਿਸ ਹੈ ਅਤੇ ਜੋ ਇਹਨਾਂ ਦੇ ਫਾਈਨੈਂਸਰ ਹੈ ਅਤੇ ਜਿਨ੍ਹਾਂ ਨੂੰ ਗਾਹਾਂ ਸਪਲਾਈ ਕਰਦੇ ਹੁੰਦੇ ਸੀਗੇ ਉਹਨਾਂ ਦੀ ਸਾਰੀ ਬੜੀ ਡਿਟੇਲ ਇਨਵੈਸਟੀਗੇਸ਼ਨ ਜਾਰੀ ਹੈ ਅਤੇ ਜੋ ਜੋ ਇਹਨਾਂ ਦੇ ਨੈਕਸਸਿਸ ਆਏਗੇ ਜਾਂ ਜਿਨ੍ਹਾਂ ਦੀ ਵੀ ਕੋਈ ਇਹਦੇ ਵਿੱਚ ਮਿਲੀ ਭੁਗਤ ਹੋਈ ਉਹਨਾਂ ਦੇ ਖਿਲਾਫ਼ ਬਹੁਤ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ। ਖ਼ਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖ਼ਬਰਾਂ ਨਾਲ ਜੁੜੇ ਰਹੋ ਦਿਨ ਰਾਤ।